ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਚੱਜ ਐਗਰੀਕਲਚਰ ਤੇ ਜਿਵੇਂ ਦੋਸਤੋ ਪਹਿਲਾਂ ਆਪਾਂ ਝੋਨੇ ਬਾਰੇ ਵੀਡੀਓ ਲੈ ਕੇ ਆਏ ਸੀ ਜੂਰੀਆ ਰੇ ਬਾਰੇ ਵੀ ਚਾਰ ਜੂਰੀਆ ਆਪਾਂ ਕਿਵੇਂ ਲਾਈਏ ਚਾਰ ਕਿਸਤਾਂ ਵਿੱਚ ਜੂਰੀਆ ਕਿਵੇਂ ਲਾਈਏ ਤੇ ਉਸੇ ਤਰ੍ਹਾਂ ਹੁਣ ਦੋਸਤਾਂ ਦੇ ਕਹਿਣ ਤੇ ਆਪਾਂ ਦਾ ਝੋਨਾ ਜਿਹੜਾ ਪੂਛਾ 44 ਆ 50 55 ਦਿਨਾਂ ਦੇ ਲਗਭਗ ਹੋ ਚੱਲਿਆ ਸਾਰੇ ਜਿਹੜਾ ਤੇ ਦੋਸਤ ਕਹਿ ਰਹੇ ਨੇ ਕਿਸਾਨ ਭਰਾ ਕਹਿ ਰਹੇ ਨੇ ਵੀ ਅਸੀਂ ਸਪਰੇਅ ਕਰੀਏ ਜਾਂ ਪ੍ਰਦਾਨ ਪਾਈਏ ਇਹ ਹੁਣ ਕਿਸਾਨ ਭਰਾਵਾਂ ਲਈ ਬਹੁਤ ਵੱਡਾ ਇੱਥੇ ਕੁਐਸਚਨ ਬਣ ਗਿਆ ਇਸ ਵਾਰੀ ਵੀ ਪ੍ਰਦਾਨ ਪਾਈ ਜਾਵੇ ਜਾਂ ਸਪਰੇਅ ਕਰੀ ਜਾਵੇ ਵੈਸੇ ਪਦਾਨ ਨੂੰ ਤਾਂ ਦੇਖੋ ਕਿਸਾਨ ਭਰਾਵੋ ਬਹੁਤ 3-4 ਸਾਲ ਪਹਿਲਾਂ ਤੋਂ ਜਾਂ 10 ਸਾਲ ਪਹਿਲਾਂ ਤੋਂ ਲੋਕੀ ਹਟਾਉਂਦੇ ਆ ਰਹੇ ਨੇ ਵੀ ਇਹ ਜ਼ਹਿਰੀਲੀ ਦਵਾਈ ਆ ਵੀ ਅਸੀਂ ਖੇਤਾਂ ਦੇ ਵਿੱਚ ਨਹੀਂ ਪਾਉਣੀ ਕਿਉਂਕਿ ਇਹ ਮਿੱਤਰ ਕੀੜੇ ਵੀ ਨਾਲ ਮਾਰ ਦਿੰਦੀ ਆ ਪਰ ਚਲੋ ਆਪਾਂ ਇਹਦੇ ਵਿੱਚ ਸਾਰੀ ਗੱਲ ਅੱਜ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਪਦਾਨ ਦੇ ਕੀ ਫਾਇਦੇ ਨੇ ਸਪਰੇਅ ਦੇ ਕੀ ਫਾਇਦੇ ਨੇ ਸਪਰੇਅ ਦੇ ਕੀ ਨੁਕਸਾਨ ਨੇ ਤੇ ਪਦਾਨ ਦੇ ਕੀ ਨੁਕਸਾਨ ਨੇ ਤੇ ਦੋਸਤੋ ਏਕਤੀ ਪ੍ਰਮਾਤਮਾ ਦੀ ਮਿਹਰ ਆ ਪੂਸ਼ਾ ਚਤਾਲੀ ਬਹੁਤ ਵਧੀਆ ਹੈਗੀ ਆ ਤੇ ਆਪਣੀ ਆ ਤੁਸੀਂ ਵੀਡੀਓ ਚ ਜਿਹੜੀ ਪੂਸ਼ਾ ਚਤਾਲੀ ਦੇਖ ਰਹੇ ਹੋ ਇਹ 47 48 ਦਿਨਾਂ ਦੀ ਹੋ ਚੁੱਕੀ ਆ 47 ਦਿਨਾਂ ਦੀ ਤੇ ਕੋਈ ਵੀ ਚੈਨਸ ਵਾਇਰਸ ਨਹੀਂ ਆਇਆ ਇਸ ਵਾਰੀ ਬਹੁਤ ਹੀ ਵਧੀਆ ਪੂਸ਼ਾ ਚਤਾਲੀ ਖੜੀ ਆ ਤੇ ਪ੍ਰਮਾਤਮਾ ਦੀ ਪੂਰੀ ਦਿਹਾ ਮੇਰਾ ਦੋਸਤੋ ਜੇਕਰ ਆਪਾਂ ਪੱਲਪ ਪ੍ਰદાન ਦੀ ਗੱਲ ਕਰੀਏ ਤਾਂ ਪ੍ਰદાન ਜਿਹੜੀ ਕੋਰੋਮੰਡਲ ਕੰਪਨੀ ਸਭ ਤੋਂ ਪਹਿਲਾਂ ਲੈ ਕੇ ਆਈ ਸੀ ਤੇ ਕੋਰੋਮੰਡਲ ਬਾਇ ਨੇਮ ਆਉਣ ਤੋਂ ਹਟ ਗਈ ਕੋਰੋਮੰਡਲ ਇੰਟਰਨੈਸ਼ਨਲ ਵਗੈਰਾ ਹੋਰ ਬ੍ਰਾਂਡਾਂ ਦੇ ਵਿੱਚ ਆ ਰਹੀ ਆ ਤੇ ਤਕਰੀਬਨ ਜਿਹੜਾ ਪ੍ਰદાન ਦਾ ਰੇਟ ਆ ਉਹ 80 ਰੁਪਏ ਤੋਂ ਲੈ ਕੇ 100 ਰੁਪਏ ਤੱਕ ਅਲੱਗ-ਬੱਖੋ ਬੱਕਰਾ ਮਿਲ ਜਾਂਦਾ ਆ ਤੇ ਦੋਸਤੋ ਪ੍ਰદાન ਦੇ ਵਿੱਚ ਵਰਤਿਆ ਜਾਣ ਵਾਲਾ ਸਾਲਟ ਹੈਗਾ ਕਾਰਟੋਪ ਹਾਈਡਰੋਕਲੋਰਾਈਡ 4% ਜੀਆਰ ਜਿਹੜਾ ਦੋਸਤੋ ਇਹ 4% GR ਆ ਇਹ ਚਾਹੇ ਤੁਸੀਂ 80 ਰੁਪਏ ਕਿਲੋ ਵਾਲੀ ਪਦਾਨ ਲੈ ਲੋ ਚਾਹੇ 100 ਰੁਪਏ ਕਿਲੋ ਵਾਲੀ ਲੈ ਲੋ ਸਾਲਟ ਸੇਮ ਹੀ ਹੁੰਦਾ ਤੁਸੀਂ ਦੇਖ ਲਓ ਵੀ 4% ਆ 4% ਤੱਕ ਹੀ ਤੁਹਾਨੂੰ ਇਹ ਰਿਜ਼ਲਟ ਮਿਲੇਗਾ ਆਪਣਾ ਤੇ ਸੇਮ ਇਹ ਸਾਲਟ ਹੁੰਦਾ ਤੇ ਦੋਸਤੋ ਮੈਂ ਤੁਹਾਨੂੰ ਰეკਮੈਂਡ ਕਰਾਂਗਾ ਥੋੜੀ ਚੰਗੀ ਕੁਆਲਿਟੀ ਦੀ ਹੀ ਪਦਾਨ ਲਿਓ ਜੜੀਆਂ ਹਲਕੀਆਂ ਪਦਾਨਾਂ ਹੁੰਦੀਆਂ ਨੇ ਉਹਨਾਂ ਬਹੁਤ ਹੀ ਲੋ ਕੁਆਲਿਟੀ ਦੀ ਹੁੰਦਾ ਉਹਨਾਂ ਨੂੰ ਕਲੇ ਲੱਗੀ ਹੁੰਦੀ ਆ ਤੇ ਉਹ ਅਸਰ ਨਹੀਂ ਕਰਦੇਗਾ ਮੁੱਖ ਦੀ ਗੱਲ ਇਹ ਆ ਵੀ 80 ਰੁਪਏ ਕਿਲੋ ਵਾਲੀ ਤੱਕ ਤੁਸੀਂ ਨਾ ਜਾਇਓ ਥੋੜਾ 90 ਤੋਂ 100 ਰੁਪਏ ਦੀ ਥੋੜੀ ਬ੍ਰਾਂਡਡ ਕੰਪਨੀ ਦੀ ਹੀ ਪਦਾਨ ਲੈ ਲਿਓ ਤੇ ਮੈਂ ਕੰਪਨੀਆਂ ਦੇ ਨਾਮ ਮੈਂਸ਼ਨ ਵਾਲੇ ਨਹੀਂ ਕਰਾਂਗਾ ਕਿਉਂਕਿ ਫਿਰ ਦਿੱਕਤ ਆ ਜਾਂਦੀ ਆ ਤੇ ਦੋਸਤੋ ਵਧੀਆ ਪਦਾਨ ਆ ਜਿਹੜੀ ਉਹ 8 ਕਿਲੋ ਤੱਕ ਹੀ ਤੁਹਾਨੂੰ ਖੇਤ ਦੇ ਵਿੱਚ ਪਾਉਣੀ ਪੈਣੀ ਆ 8 ਕਿਲੋ ਤੋਂ ਇਹਦੀ ডোজ ਘੱਟ ਨਾ ਪਾਇਓ ਤੇ 10 ਕਿਲੋ ਤੋਂ ਵੱਧ ਨਾ ਪਾਇਓ ਇੱਕ ਏਕੜ ਦੇ ਵਿੱਚ ਜਿਹੜੀ ਦੀ ਸਹੀ ਡੋਜ਼ ਆ 8 ਕਿਲੋ ਤੋਂ ਲੈ ਕੇ 10 ਕਿਲੋ ਤੱਕ ਹੀ ਡੋਜ਼ ਇਹਦੀ ਲਗਾਓ ਦੋਸਤੋ ਤੁਸੀਂ ਠੀਕ ਆ ਤੇ ਦੂਜੀ ਗੱਲ ਰਹੀ ਜੇਕਰ ਤੁਸੀਂ ਪ੍ਰਦਾਨ ਨਹੀਂ ਪਾਉਣੀ ਇਹਦੇ ਕੰਪੈਰੀਸ਼ਨ ਜੇ ਤੁਸੀਂ ਸਪਰੇਅ ਕਰੋਗੇ ਤਾਂ ਫੇਮ ਕੋਰਾ ਜਨ ਇਹ ਜਿਆ ਬਹੁਤ ਹੀ ਬਹੁਤ ਸਪਰਿਆਆਂ ਹੈਗੀਆਂ ਨੇ ਤੇ ਆਪਾਂ ਚੱਲ ਫੇਮ ਦੀ ਗੱਲ ਕਰਦੇ ਆ ਫੇਮ ਦੇ ਵਿੱਚ ਜਿਹੜਾ ਸਾਲਟ ਵਰਤੇ ਜਾਂਦਾ ਆ ਫਲੂ ਬਾਇੰਡੀਆ ਮਾਈਂਡ 39.35% ਐਸਸੀ ਇਹ ਜਿਹੜਾ 39.35% ਆ ਜਿਹੜਾ 39.35% ਐਸਸੀ ਰਿਜ਼ਲਟ ਆ ਦੋਸਤੋ ਇਹ ਬੈਰ ਕੰਪਨੀ ਲੈ ਕੇ ਆਈ ਸੀ ਫੇਮ ਦੇ ਵਿੱਚ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਮਿਲਦੇ ਨੇ ਤੇ ਦੋਸਤੋ ਇਹਦੀ ਜਿਹੜੀ ਡੋਜ਼ ਆ ਉਹ 30 ਤੋਂ ਲੈ ਕੇ 35 ਐਮਐਲ ਹੀ ਤੁਸੀਂ ਆਪਦੇ ਝੋਨੇ ਦੇ ਉੱਪਰ ਲਾਓ ਜੇਕਰ ਤੁਹਾਡਾ ਝੋਨਾ ਬਹੁਤ ਭਾਰੀ ਆ ਤਾਂ 35 ਐਮਐਲ ਤੱਕ ਵੀ ਲਗਾ ਦਿਓ ਤੇ ਨਹੀਂ ਜ਼ਿਆਦਾ ਵੈਸੇ 33 ਐਮਐਲ ਇਹਦੀ ਡੋਜ਼ ਲਾਈ ਜਾਂਦੀ ਆ 15000 ਦਾ ਇਹਦਾ 1 ਲੀਟਰ ਆ ਫੇਮ ਦਾ ਤੇ ਉਹ 30 ਕਿਲਿਆਂ ਤੇ ਹੋ ਜਾਂਦਾ ਇੱਕ 1 ਲੀਟਰ ਆ ਜਿਹੜਾ 15000 ਦਾ 1 ਲੀਟਰ ਆ 30 ਕਿਲਿਆਂ ਤੇ ਹੋ ਜਾਂਦਾ ਛੋਟੀਆਂ ਪੈਕਿੰਗਾਂ ਵੀ ਹੈਗੀਆਂ ਨੇ ਉਹਨਾਂ ਦਾ ਹੁਣ ਮੈਨੂੰ ਐਗਜੈਕਟ ਰੇਟ ਨਹੀਂ ਪਤਾ ਤਕਰੀਬਨ 500 ਰੁਪਏ ਦੀ ਇਹ ਤੁਹਾਡੀ ਏਕੜ ਦੀ ਫੇਮ ਜ਼ਰੂਰ ਪਈ ਹੋਏਗੀ ਹੀ ਪਵੇਗੀ ਤੇ ਉਧਰ ਜਿਹੜੀ ਪ੍ਰਦਾਨ ਉਹ ਵੀ ਤੁਹਾਡੀ 7 ਤੋਂ 800 ਰੁਪਏ ਤੱਕ ਪੈ ਜਾਵੇਗੀ ਪਰ ਪ੍ਰਦਾਨ ਦੇ ਥੋੜੇ ਰਿਜ਼ਲਟ ਸੁੰਡੀ ਨੂੰ ਮਾਰਨ ਦੇ ਜ਼ਿਆਦਾ ਹੁੰਦੇ ਨੇ ਤੇ ਫੇਮ ਵਰਗੀਆਂ ਦਵਾਈਆਂ ਦੇ ਥੋੜੇ ਜਿ ਘੱਟ ਹੁੰਦੇ ਨੇ ਬਹੁਤ ਵਧੀਆ ਹੁੰਦੇ ਨੇ 19 ਕੀ ਦਾ ਫਰਕ ਹੁੰਦਾ ਤੇ ਪਰ ਉਹ ਜੇ ਉਹਦੇ ਸਾਈਡ ਇਫੈਕਟ ਵੀ ਨੇ ਪ੍ਰਦਾਨਦੇ ਹਨ ਤੇ ਪਲੱਸ ਪੁਆਇੰਟ ਇਹ ਹੁੰਦਾ ਦੋਸਤੋ ਵੀ ਜਿਹੜਾ ਆਪਣਾ ਇਹ ਫੇਮ ਵਰਗੀ ਸਪਰੇਅ ਆ ਇਹਦੇ ਰਾਹੀਂ ਆਪਾਂ ਇੱਕ ਫੰਗੀ ਸਾਈਡ ਸਪਰੇਅ ਵੀ ਐਡ ਕਰ ਸਕਦੇ ਆ ਕੋਈ ਵੀ 200 ਤੋਂ ਲੈ ਕੇ 250 ਤੱਕ ਬਹੁਤ ਆਉਂਦੀ ਨੇ ਕੰਪਨੀ ਦਾ ਫੰਗੀ ਸਾਈਡ ਦਵਾਈ ਦੋਸਤੋ ਫੰਗੀ ਸਾਈਡ ਸਪਰੇਅ ਕੋਈ ਵੀ ਵਰਜੀ ਐਡ ਕਰ ਲਓ ਤੇ ਤੁਹਾਡਾ ਚੋਨਾ ਸੁਰੱਖਿਅਤ ਰਹੇਗਾ ਪਰ ਇੱਕ ਗੱਲ ਮੰਨਿਓ ਵੀ ਤੇਲ ਵਾਲੀ ਸਪਰੇਅ ਐਡ ਨਾ ਕਰਿਓ ਦੁਕਾਨਦਾਰ ਤੁਹਾਨੂੰ ਤੇਲ ਵਾਲੀ ਸਪਰੇਅ ਨਾਲ ਪਵਾ ਜ਼ਰੂਰ ਦੇਣਗੇ ਕਹਿਣਗੇ ਜੀ 50 ਰੁਪਏ ਏਕੜ ਹੀ ਪੈਂਦੀ ਆ 70 ਰੁਪਏ ਏਕੜ ਪੈਂਦੀ ਆ 100 ਰੁਪਏ ਏਕੜ ਪੈਂਦੀ ਆ ਤੇਲਾ ਹਾਲੇ ਕਿਤੇ ਨਹੀਂ ਹੈਗਾ ਬਿਲਕੁਲ ਵੀ ਨਹੀਂ ਹੈਗਾ ਜੇਕਰ ਤੁਸੀਂ 50 ਰੁਪਏ ਏਕੜ ਵੀ ਪਾਉਂਗੇ ਉਹ ਵੀ ਫਜ਼ੂਲ ਆ ਤੇ ਉਹ ਕਿਰਪਾ ਕਰਕੇ ਸੁਵਾਰ ਸ਼ੱਕਰ ਸੇਮੀਆ ਜੀ ਗੱਲ ਹੋ ਜਾਂਦੀ ਆ ਦੋ ਸਪਰੇਅ ਹਾਂ ਬਹੁਤ ਨੇ ਇੱਕ ਸੁੰਡੀ ਦੀ ਹੋਗੀ ਇੱਕ ਫੰਗੀ ਸਾਈਡ ਇਹ ਦੋਨਾਂ ਦਾ ਮਿਸ਼ਰਣ ਕਰਕੇ ਤੁਸੀਂ ਸੜਕਾਓ ਕਰ ਦਿਓ ਤੀਜੀ ਚੀਜ਼ ਐਡ ਕਰਨ ਤੋਂ ਗਰੇਜ ਕਰਿਓ ਦੋਸਤੋ ਇਹ ਤੀਜੀਆਂ ਤਿੰਨ ਤਿੰਨ ਚੀਜ਼ਾਂ ਦੀਆਂ ਸਪ੍ਰਿਹਾਂ ਹਾਲੇ ਨਾ ਕਰਿਓ ਅੱਗੇ ਮੌਕਾ ਆਊਗਾ ਉਦੋਂ ਤਿੰਨ ਕਰ ਲਿਓ ਤੇ ਹਾਲੇ ਦੋ ਸਪ੍ਰਿਹਾਂ ਹੀ ਬਹੁਤ ਨੇ ਛੋਣਨੇ ਨੂੰ ਜਿਹੜਾ 50 ਦਿਨਾਂ ਦਾ ਆਪਣਾ ਛੋਣਾ ਆਵ ਚੁੱਕਿਆ ਤੇ ਇਹ ਤੁਹਾਡਾ 75 ਦਿਨਾਂ ਤੱਕ ਛੋਣਾ ਲੈ ਜਾਣੀ ਆ 25 ਦਿਨ ਕੋਈ ਵੀ ਸੁੰਡੀ ਵਗੈਰਾ ਨਹੀਂ ਆਵੇਗੀ ਤੇ ਦੋਸਤੋ ਇਸ ਤੋਂ ਇਲਾਵਾ ਹੁਣ ਪ੍ਰਾਣ ਦੇ ਨੁਕਸਾਨ ਕੀ ਨੇ ਫਾਇਦਾ ਦੇਖੋ ਦੱਸ ਤਾਂ ਮੈਂ ਤੁਹਾਨੂੰ ਵੀ ਏਕੜ ਦੇ ਵਿੱਚ ਆ ਪੱਠ ਕਿਲੋ ਪਾ ਦਾਂਗੇ ਸੁੰਡੀ ਆ ਜਿਹੜੀ ਗੋਬ ਦੀ ਉਹ ਮਰ ਚੂਗੀ ਤੇ ਇੱਕ ਫਾਇਦਾ ਹੋਰ ਪਹਿਲਾਂ ਦੱਸ ਦਿਨਾ ਤੇ ਪ੍ਰਦਾਨ ਆ ਜਿਹੜੀ ਉਹ ਝੋਨੇ ਨੂੰ ਹਾਈਟ ਦਿੰਦੀ ਆ ਜਦ ਕੀ ਜੇਕਰ ਤੁਸੀਂ ਸਪਰੇਅ ਕਰੋਗੇ ਉਹਨੇ ਹਾਈਟ ਨਹੀਂ ਦੇਣੀ ਤੇ ਜੇਕਰ ਤੁਹਾਡਾ ਝੋਨਾ ਥੋੜਾ ਜਿਹਾ ਹਲਕਾ ਲੱਗਦਾ ਤਾਂ ਉਹਨੂੰ ਹਾਈਟ ਘੱਟ ਲੱਗਦੀ ਆ ਤਾਂ ਤੁਸੀਂ ਪ੍ਰਦਾਨ ਪਾ ਕੇ ਝੋਨੇ ਦੀ ਹਾਈਟ ਚੱਕ ਸਕਦੇ ਹੋ ਇਹ ਉਹਦਾ ਬੈਨੀਫਿਟ ਆ ਤੇ ਨੁਕਸਾਨ ਦੋਸਤੋ ਇਹ ਆ ਵੀ ਪ੍ਰਦਾਨ ਨੇ ਤੁਹਾਡੇ ਮਿੱਤਰ ਕੀੜੇ ਸਾਰੇ ਮਾਰ ਦੇਣੇ ਨੇ ਇਨੇ ਖੇਤ ਵਿੱਚੋਂ ਜਿੰਨੇ ਵੀ ਪ੍ਰਕਾਰ ਦੇ ਜੀਵ ਜੰਤੂ ਹੁੰਦੇ ਨੇ ਉਹ ਸਾਰੇ ਮਾਰ ਦਿੰਦੇ ਨੇ ਗਡੋਏ ਵਗੈਰਾ ਸਾਰੇ ਪਦਾਨ ਨੇ ਚੱਕ ਦੇਣੇ ਨੇ ਇਸ ਲਈ ਦੋਸਤੋ ਇਹਦੇ ਪਦਾਨ ਦਾ ਇਹ ਸਭ ਤੋਂ ਵੱਡਾ ਨੁਕਸਾਨ ਆ ਵੀ ਇਹ ਮਿੱਤਰ ਕੀੜੇ ਵੀ ਮਾਰ ਦਿੰਦੀ ਆ ਤੇ ਜ਼ਹਿਰੀਲੀਆਂ ਦਵਾਈਆਂ ਸਾਰੀਆਂ ਹੀ ਹੁੰਦੀਆਂ ਨੇ ਐ ਨਹੀਂ ਹੁਣ ਮੈਂ ਇੱਥੇ ਕਹਾਂਗਾ ਵੀ ਪਦਾਨ ਪਾਲ ਹੀ ਉਹ ਜ਼ਿਆਦਾ ਜ਼ਹਿਰੀਲੀ ਹੈ ਜੀ ਜਿਹੜੀਆਂ ਹੁਣ ਹੋਰ ਸੁਪਰੀਆਂ ਕਰਾਂਗੇ ਦੋਸਤੋ ਉਹ ਵੀ ਜ਼ਹਿਰੀਲੀਆਂ ਹੀ ਨੇ ਪਦਾਨ ਥੋੜੀ ਜੀ ਬਸ ਜ਼ਿਆਦੇ ਆ ਇਹ ਮਿੱਤਰ ਕੀੜੇ ਵੀ ਮਾਰ ਦਿੰਦੀ ਆ ਤੇ ਐ ਤਾਂ ਹੈ ਨਹੀਂ ਵੀ ਜੇ ਪ੍ਰਦਾਨ ਨਹੀਂ ਪਾਵਾਂਗੇ ਆਪਣਾ ਚੋਨਾ ਆਰਗੇਨਿਕ ਹੋ ਜਾਵੇਗਾ ਹੋਰ ਕਿਹੜਾ ਪਜੂਰੀਆ ਵਗੈਰਾ ਨਹੀਂ ਪਾਇਆ ਹੋਰ ਚੀਜ਼ਾਂ ਵੀ ਦੋਸਤ ਬਹੁਤ ਪਾਈਆਂ ਨੇ ਪਰ ਪ੍ਰਦਾਨ ਦੇ ਰਿਜ਼ਲਟ ਚੰਗੇ ਮਿਲਦੇ ਨੇ ਇਹ ਗੱਲ ਆਪਾਂ ਐਕਰੀਆਂ ਵੀ ਰਿਜ਼ਲਟ ਚੰਗੇ ਨੇ ਤੇ ਨੁਕਸਾਨ ਵੀ ਹੈਗੇ ਨੇ ਤੇ ਦੋਸਤ ਜਿਹੜੀ ਹੁਣ ਸਪਰੇਅ ਕਰਾਂਗੇ ਉਹਦਾ ਜੇ ਨੁਕਸਾਨ ਦੀ ਗੱਲ ਕਰੀਏ ਵੀ ਆਪਾਂ ਮੀਂਹ ਦੇ ਵਿੱਚ ਨਹੀਂ ਕਰ ਸਕਦੇ ਪ੍ਰਦਾਨ ਨੂੰ ਆਪਾਂ ਜੇ ਮੀਂਹ ਪੈਂਦਾ ਹੋਵੇ ਤਾਂ ਵੀ ਪਾ ਸਕਦੇ ਹਾਂ ਤੇ ਹਾਂ ਸੱਚ ਪ੍ਰਦਾਨ ਪਾਉਣ ਦਾ ਜਿਹੜਾ ਮੈਥਡ ਆ ਉਹ ਹੈਠਾਂ ਪਾਣੀ ਇਨ ਨਕ ਝੋਨੇ ਵਿੱਚ ਇਕੱਠਾ ਕਰ ਲਿਓ ਵੀ ਦੋ ਦਿਨ ਪਾਣੀ ਖੜਾ ਰਹੇ ਜਿੰਨਾ ਕਾ ਝੋਨੇ ਵਿੱਚ ਤੁਹਾਨੂੰ ਪਾਣੀ ਦਿਖ ਰਿਹਾ ਇੰਨਾ ਕ ਪਾਣੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇਸ ਤੋਂ ਵੱਧ ਵੀ ਹੋਬ ਜਾਏ ਤੇ ਤਿੰਨ ਤਿੰਨ ਉਂਗਲ ਤੱਕ ਪਾਣੀ ਦੋ ਦੋ ਉਂਗਲ ਤਿੰਨ ਤਿੰਨ ਉਂਗਲ ਝੋਨੇ ਝੋਨੇ ਵਿੱਚ ਤੁਹਾਡੇ ਚ ਪਾਣੀ ਹੋਣਾ ਬਹੁਤ ਜ਼ਰੂਰੀ ਆ ਤੇ ਇੱਕ ਕਿਆਰੇ ਤੋਂ ਦੂਸਰੇ ਕਿਆਰੇ ਵਿੱਚ ਪਾਣੀ ਕਦੇ ਨਾ ਕੱਢਿਓ ਪ੍ਰਦਾਨ ਵਾਲਾ ਉਹ ਉੱਥੇ ਹੀ ਰਚ ਜਾਵੇ ਤੇ ਜਦੋਂ ਪ੍ਰਦਾਨ ਦਾ ਤੁਸੀਂ ਚਿੱਟਾ ਦੇ ਦਿੰਨੇ ਹੋ ਨਾਲ ਦੀ ਨਾਲ ਉਹਨੇ ਕੰਮ ਕਰਨਾ ਸਟਾਰਟ ਕਰ ਦੇਣਾ ਤੇ ਤੁਹਾਡੀ ਗੋਬਦੀ ਸੁੰਡੀ ਨਾਲ ਦੀ ਨਾਲ ਹੀ ਮਰਨੀ ਸ਼ੁਰੂ ਹੋ ਜਾਂਦੀ ਆ ਪਰ ਜਿਹੜੀ ਸਪਰੇਅ ਆ ਦੋਸਤੋ ਨੇ ਪੱਤੇ ਰਾਹੀਂ ਕੰਮ ਕਰਨਾ ਉਹਨੂੰ ਕੰਮ ਕਰਨ ਨੂੰ 3 ਤੋਂ 4 ਦਿਨ ਲੱਗ ਜਾਣਗੇ ਤੇ ਰਿਜ਼ਲਟ ਥੋੜੇ ਜੇ ਹੌਲੀ-ਹੌਲੀ ਤੱਕ ਤੁਹਾਨੂੰ ਦਿਖਾਈ ਦੇਣਗੇ ਤੇ ਰਿਜ਼ਲਟ ਦੋਨਾਂ ਦੇ 25-25 ਦਿਨ ਹੀ ਵੈਲਿਡਿਟੀ ਆ ਕੋਈ ਐ ਨਹੀਂਗਾ ਵੀ ਜਿਹੜੀ ਸਪਰੇਅ ਕਰੋਗੇ ਉਹਦੀ ਵੈਲਿਡਿਟੀ ਜ਼ਿਆਦਾ ਹੋ ਜਾਵੇ ਕਿ 25 ਦਿਨ ਤੱਕ ਹੀ ਪ੍ਰਦਾਨ ਦੀ ਆ 25 ਦਿਨ ਤੱਕ ਹੀ ਸਪਰੇਅ ਦੀ ਆ ਤੇ ਇਸ ਤੋਂ ਇਲਾਵਾ ਦੋਸਤੋ ਤੁਸੀਂ ਪ੍ਰਦਾਨ ਪਾ ਰਹੇ ਹੋ ਜਾਂ ਸਪਰੇਅ ਕਰ ਰਹੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਾਂ ਨੂੰ ਤੇ ਇੰਨੀ ਕੀ ਗੱਲਬਾਤ ਸੀ ਬਾਲੀ ਵੀਡੀਓ ਲੰਬੀ ਬਣਾਉਣ ਦਾ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਜੇਕਰ ਦੋਸਤੋ ਤੁਹਾਨੂੰ ਚੋਣੇ ਸੰਬੰਧੀ ਕਿਸੇ ਕਿਸਮ ਦੀ ਸਮੱਸਿਆ ਆ ਰਹੀ ਹੈ ਤਾਂ ਆਪਣੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਚੋਣ ਦੇ ਦੀ ਸੈਂਡ ਕਰਦਿਆ ਕਰੋ ਤੇ ਆਪਾਂ ਸਾਰੀ ਵੀਡੀਓ ਦੇਖ ਕੇ ਤੁਹਾਨੂੰ ਜਿਹੜਾ ਵੀ ਰਿਵਿਊ ਹੋਗਾ ਆਪਾਂ ਜ਼ਰੂਰ ਦਿੰਦੇ ਰਹਾਂਗੇ ਤੇ ਜਿਹੜੇ ਦੋਸਤਾਂ ਨੇ ਆਪਣਾ ਹਾਲੇ ਤੱਕ ਚੈਨਲ ਨੂੰ ਫੋਲੋ ਨਹੀਂ ਕਰਿਆ ਤੇ ਫੋਲੋ ਜ਼ਰੂਰ ਕਰ ਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ